ਜ਼ਿਲ੍ਹਾ ਮੋਗਾ ਦੇ ਕਸਬਾ ਧਰਮਕੋਟ ਚ ਅੱਜ ਸਵੇਰੇ ਇੱਕ ਮੈਡੀਕਲ ਸਟੋਰ ਦੇ ਮਾਲਕ ਨੂੰ ਬਦਮਾਸ਼ਾਂ ਨੇ ਕਾਰ 'ਚ ਹੀ ਕਿਡਨੈਪ ਕਰ ਲਿਆ। ਘਟਨਾ ਸਵੇਰੇ 6:45 ਦੀ ਹੈ। ਮਿਲੀ ਜਾਣਕਾਰੀ ਮੁਤਾਬਕ ਮੈਡੀਕਲ ਸਟੋਰ ਦਾ ਸੰਚਾਲਕ ਸੁਖਦੇਵ ਸਿੰਘ ਸਵੇਰੇ ਘਰ ਤੋਂ ਮੈਡੀਕਲ ਸਟੋਰ ਜਾਣ ਵਾਸਤੇ ਨਿਕਲਿਆ। ਰਸਤੇ 'ਚ ਉਹ ਮੰਦਰ 'ਚ ਮੱਥਾ ਟੇਕਣ ਲਈ ਉਤਰ ਲੱਗਾ ਤਾਂ ਅਚਾਨਕ 4 ਬਦਮਾਸ਼ਾਂ ਨੇ ਬੰਦੂਕ ਦੀ ਨੋਕ 'ਤੇ ਉਸਨੂੰ ਕਾਰ 'ਚੋਂ ਨਹੀਂ ਉਤਰਨ ਦਿੱਤਾ। ਇਸ ਤੋਂ ਬਾਅਦ ਉਸ ਨੂੰ ਲੈ ਕੇ ਕਿੱਥੇ ਚਲੇ ਗਏ ਇਸ ਦਾ ਕੋਈ ਵੀ ਪਤਾ ਨਹੀਂ ਲੱਗ ਸਕਿਆ। ਇਹ ਸਾਰੀ ਘਟਨਾ ਨੇੜੇ ਹੀ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਸੂਚਨਾ ਮਿਲਦੇ ਹੀ DSP ਸੁਵੇਗ ਸਿੰਘ, ਥਾਣਾ ਇੰਚਾਰਜ ਬਲਰਾਜ ਮੋਹਨ ਤੇ CA ਸਟਾਫ ਇੰਚਾਰਜ ਕਿੱਕਰ ਸਿੰਘ ਪੁਲਿਸ ਫੋਰਸ ਸਮੇਤ ਮੌਕੇ ਤੇ ਪਹੁੰਚੇ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਸਾਡੇ ਕੋਲ ਕਰੀਬ 7:30 ਤਲਾ ICP ਸੁਖਦੇਵ ਸਿੰਘ ਹੈਗਾ, ਜੋ ਸੰਗਲਾ ਰਹਿਣ ਵਾਲਾ ਹੈ, ਧਰਮਕੋਟ ਬਾਜ਼ਾਰ ਵਿੱਚ ਮੈਡੀਕਲ ਦੀ ਦੁਕਾਨ ਕਰਦਾ, ਵੀ ਉਹਨੂੰ ਸਮੇਤ ਕਾਰ ਕੋਈ ਲੈ ਗਿਆ। ਅਸੀਂ ਇਤਲਾਹ ਦੇ ਮੌਕੇ 'ਤੇ ਪੁੱਜੇ, ਮੈਂ ਦੱਸ 'ਚ ਮੌਕੇ 'ਤੇ ਪੁੱਜੇ, ਜਾ ਕੇ ਮੌਕੇ 'ਤੇ CC ਫੁਟੇਜ ਚੈੱਕ ਕੀਤੀ ਵੀ 2 ਬੰਦੇ ਆਏ ਆ, ਇਹਨੂੰ ਇਹਦੀ ਗੱਡੀ ਰੋਕੀ, ਇਹਦੇ ਨੂੰ ਕਾਰ 'ਚ ਬਿਠਾ ਕੇ ਨਾਲ ਹੀ ਲੈ ਗਏ ਆ। ਨਹੀਂ, ਬੰਦਿਆਂ ਦੀ CC ਫੁਟੇਜ ਚੈੱਕ ਕਰਦੇ ਪਛਾਣ ਤਾਂ ਨਹੀਂ ਹੁੰਦੀ, ਮੂੰਹ ਢੱਕੇ ਹੋਏ ਆ। ਤੁਹਾਨੂੰ ਦੱਸ ਦਈਏ ਕਿ ਜ਼ਿਲ੍ਹਾ ਮੋਗਾ 'ਚ ਲੁੱਟ ਦੀਆਂ ਵਾਰਦਾਤਾਂ ਪਿਛਲੇ ਕੁਝ ਦਿਨਾਂ ਤੋਂ ਬਹੁਤ ਵੱਧ ਗਈਆਂ ਨੇ। ਇਸ ਤੋਂ ਪਹਿਲਾਂ ਸ਼ਹਿਰ ਦੇ ਇੱਕ ਸੁਪਰ ਸਾਈਨ ਜੀਨਸ ਸ਼ੋਰੂਮ 'ਚ ਵੜ ਕੇ ਮਾਲਕ ਦੀ ਹੱਤਿਆ ਕਰ ਦਿੱਤੀ ਗਈ। 3 ਦਿਨ ਪਹਿਲਾਂ ਇੱਕ ਟਰੈਵਲ ਏਜੰਟ ਨੂੰ ਆਫਿਸ 'ਚ ਵੜ ਕੇ ਲੁੱਟਮਾਰ ਕੀਤੀ ਗਈ। ਪੁਲਿਸ ਵੱਲੋਂ CCTV ਕੈਮਰਿਆਂ ਦੀ ਫੁਟੇਜ ਦੇ ਆਧਾਰ 'ਤੇ ਜਾਂਚ ਕੀਤੀ ਜਾ ਰਹੀ ਹੈ, ਪਰ ਅਜੇ ਤੱਕ ਕਿਸੇ ਵੀ ਨਤੀਜੇ 'ਤੇ ਪੁਲਿਸ ਨਹੀਂ ਪਹੁੰਚ ਸਕੀ। ਬਿਊਰੋ ਰਿਪੋਰਟ, ਏਕਮ TV।